ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਗੁਰਦੁਆਰਾ ਖਾਲਸਾ ਦਵਾਨ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਨੂੰ ਮੁੱਖ ਰੱਖਦਿਆਂ 20 ਅਕਤੂਬਰ ਨੂੰ ਸਮਾਂ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇੱਕ ਜੌਬ ਫੇਅਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵੱਖਰੀਆਂ ਵੱਖਰੀਆਂ ਕੰਪਨੀਆਂ ਆਪਣੇ ਲਈ ਬੂਥ ਲਗਾਉਣਗੀਆਂ ਜਿਸ ਵਿੱਚ ਉਹਨਾਂ ਨੂੰ ਸਹਯੋਗ ਅਪਲਾਈ ਦੀ ਜ਼ਰੂਰਤ ਹੈ ਉਹਨਾਂ ਵਿੱਚੋਂ ਕੁਝ ਕੰਪਨੀਆਂ ਅਰੂਪ ਕੈਥੇ ਪੈਸੀਫਿਕ ਸਿਟੀ ਬਾਸ ਹੈਂਕੋ ਮੈਨੂ ਲਾਈਫ ਮੈਰਿਟ ਐਂਡ ਸਵੈਤ ਖਾਲਸਾ ਦਵਾਨ ਵਿਖੇ ਆਉਣਗੀਆਂ ਇਸ ਤੋਂ ਇਲਾਵਾ ਉਹਨਾਂ ਦੇ ਉੱਚ ਅਧਿਕਾਰੀ ਵੀ ਇੱਥੇ ਆਉਣਗੇ ਸੋ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰਦੁਆਰਾ ਖਾਲਸਾ ਦਵਾਨ ਦੀ ਓਪਨਿੰਗ ਲਈ ਚੀਫ ਐਗਜ਼ੀਕਟਿਵ ਆਏ ਸਨ ਹੁਣ ਸਾਡੇ ਕੋਲ ਜੋਫਰ ਤੇ ਗੈਸਟ ਆਫ ਆਨਰ ਲਈ ਡਿਪਟੀ ਚੀਫ ਸਕੱਟਰੀ ਆ ਰਹੇ ਹਨ ਅਸੀਂ ਸ੍ਰੀ ਸੁੱਚੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਇਹ ਜੋਫਰ ਵਿੱਚ ਜ਼ਰੂਰ ਸ਼ਾਮਲ ਹੋਣਾ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀ ਮਿਲ ਸਕੇ ਸਾਧ ਸੰਗਤ ਜੀ ਸਾਨੂੰ ਹਮੇਸ਼ਾ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤਹਾਡੇ ਸੋ ਸੰਯੋਗ ਸਤਕਾਈ ਇਹ ਕਾਰਜ ਸਫਲ ਹੋ ਸਕਦੇ ਹਨ ਗੁਰਦੁਆਰਾ ਖਾਲਸਾ ਦਵਾਨ ਆਪਣੀ ਸਿੱਖ ਕੌਮ ਅਤੇ ਮਨੁੱਖਤਾ ਦੇ ਭਲੇ ਲਈ ਚੰਗੇ ਕਾਰਜ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ ਅਸੀਂ ਜਲਦੀ ਹੀ ਆਪਣੀ ਸਮੁੱਚੀ ਸੰਗਤ ਨਾਲ ਇਸ ਜੋਬ ਫੇਅਰ ਲਈ ਇੱਕ ਪੋਸਟਰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਜਾਰੀ ਕਰਨ ਜਾ ਰਹੇ ਹਾਂ ਸੋ ਅਗਲੇ ਹਫਤੇ ਉਹ ਪੋਸਟਰ ਜਾਰੀ ਕੀਤਾ ਜਾਵੇਗਾ ਸੋ ਇਹ ਜੋਬ ਫੇਅਰ ਵਾਸਤੇ ਸਾਡੀਆਂ ਮੀਟਿੰਗਾਂ ਵੀ ਚੱਲ ਰਹੀਆਂ ਹਨ ਸੋ ਸਾਰੀਆਂ ਸੰਗਤ ਨੂੰ ਬੇਨਤੀ ਹੈ ਕਿ ਉਸ ਦਿਨ ਕਿਸੇ ਵੀ ਤਰ੍ਹਾਂ অপরাਲਾ ਕਰਕੇ गुरु घर পৌঁছਣਾ ਆਪ ਵੀ ਆਉਣਾ ਆਪਣੇ ਬੱਚਿਆਂ ਨੂੰ ਵੀ ਜਰੂਰ ਲੈ ਕੇ ਆਉਣਾ ਕਿਉਂਕਿ ਆਪਾਂ ਐਡੀ ਵੱਡੀ ਇਵੈਂਟ ਕਰ ਰਹੇ ਆਂ ਜੇ ਆਪਾਂ ਉਸ ਦਾ ਨਾਂ ਆਈਏ ਤਾਂ ਫਿਰ ਇਹ ਵੀ ਆਪਣੇ ਆਪ ਤੇ ਨਾ મતલਬ ਇੱਕ ਵਧੀਆ ਗੱਲ ਨਹੀਂ ਹੋਵੇਗੀ ਸੋ ਸਾਰੀਆਂ ਸੰਗਤਾਂ ਨੇ ਉਸ ਦਿਨ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ